ਜਾ ਕੀ ਕਲੈ ਵਰਤੈ ਜਗ ਮੈਂ, ਅਰ ਜਾ ਕੀ ਕਲਾ ਸਭ ਰੂਪਨ ਮੈਂ। ਅਰ ਜਾ ਕੀ ਕਲਾ ਬਿਮਲਾ ਹਰਿ ਕੇ, ਕਮਲਾ ਪਤਿ ਕੇ ਕਮਲਾ ਤਨ ਮੈਂ। ਸ੍ਰੀ ਗੁਰੂ ਗੋਬਿੰਦ ਸਿੰਘ ਸੱਚ ਪਾਤਸ਼ਾਹ ਜੀ ਦਸਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸੁੰਦਰ ਫੁਰਮਾਨ ਕਰਦੇ ਹਨ ਅਕਾਲ ਪੁਰਖ ਦੇ ਵਾਸਤੇ ਕਿ ਕਲਾ ਭਾਵ ਸ਼ਕਤੀ, ਜਿਸ ਦੀ ਸ਼ਕਤੀ ਪੂਰੀ ਸ੍ਰਿਸ਼ਟੀ ਦੇ ਵਿੱਚ ਵਿਆਪ ਰਹੀ ਹੈ, ਸਾਰਿਆਂ ਦੇ ਉੱਤੇ ਹੈ, ਸਾਰਿਆਂ ਦੇ ਉੱਤੇ ਉਹਦੀ ਬਖਸ਼ਿਸ਼ ਹੈ ਸਾਰੇ ਰੂਪਾਂ ਦੇ ਵਿੱਚ। ਅਤੇ ਕਮਲਾ ਭਾਵ ਮਾਇਆ, ਕਮਲਾ ਪਤਿ ਭਾਵ ਮਾਇਆ ਦੇ ਪਤੀ ਵਿਸ਼ਨੂੰ ਜੀ, ਅਤੇ ਬਿਮਲਾ ਭਾਵ ਸ਼ਿਵਜੀ ਅਤੇ ਪਾਰਵਤੀ ਭਾਵ, ਇਹਨਾਂ ਸਾਰਿਆਂ ਦੇ ਉੱਤੇ ਹੀ ਜਿਸ ਅਕਾਲ ਪੁਰਖ ਦੀ ਕਿਰਪਾ ਬਖਸ਼ਿਸ਼ ਹੈ ਉਸ ਦੇ ਚਰਨਾਂ ਦੇ ਨਾਲ ਲੱਗੋ।